ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਆ ਤੁਸੀਂ ਸਾਰੇ? ਉਮੀਦ ਹੈ ਸਾਰੇ ਠੀਕ ਹੋਵੋਗੇ। ਤੇ ਫਸਟ ਆਫ ਆਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ। ਲਾਈਵ ਵੀ ਮੈਂ ਕੱਲ੍ਹ ਹੋਈ ਸੀ, ਤੁਹਾਡੇ ਸਾਰਿਆਂ ਵੱਲੋਂ ਬਹੁਤ ਪਿਆਰ ਮਿਲਿਆ ਤੇ ਬਹੁਤ ਮਜ਼ਾ ਆਉਂਦਾ ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ, ਇੰਨੀ ਸਪੋਰਟ ਕਰਦੇ ਹੋ। ਤੇ ਮੇਰਾ ਦਿਲ ਕਰਦਾ ਕਿ ਮੈਂ ਹੋਰ ਵਧੀਆ ਇੰਪਰੂਵਮੈਂਟ ਕਰਾਂ ਆਪਣੇ ਕੰਮ ਵਿੱਚ, ਹੋਰ ਅੱਗੇ ਜਾਵਾਂ ਆਪਣੇ ਕੰਮ ਨੂੰ ਲੈ ਕੇ। ਤੇ ਦੂਸਰੀ ਗੱਲ ਜੀ, ਮੈਂ 2-3 ਦਿਨ ਹੋ ਗਏ ਸਾਡੇ ਕੋਲ ਵੀਡੀਓ ਨਹੀਂ ਪੈ ਰਹੀ। ਲਾਈਵ ਮੈਂ ਬਹੁਤ ਟਾਈਮ ਕੱਢ ਕੇ ਹੋਈ ਸੀ ਕਿਉਂਕਿ ਮੇਰੀ ਮੰਮਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ, ਇਸ ਕਰਕੇ ਪਹਿਲਾਂ ਵੀ ਮੈਂ ਇੱਥੇ ਪਿੰਡ ਆਈ ਹੋਈ ਸੀ। ਤੇ ਤੁਹਾਨੂੰ ਪਤਾ ਹੈ ਕਿ ਹਰਸਿਮਰਤ ਵੀ ਛੋਟੀ ਆ, ਤੇ ਉਹਦੇ ਨਾਲ ਕਾਫੀ ਮੁਸ਼ਕਿਲ ਹੋ ਜਾਂਦਾ ਮੈਨੂੰ ਇੱਥੇ ਮੰਮਾ ਕੋਲ ਵੀ ਆਉਣਾ। ਤੇ ਮੇਰਾ ਬ੍ਰਦਰ ਵੀ ਅਜੇ ਛੋਟਾ ਵਾ, ਤੇ ਮੈਂ ਹੁਣ ਮੰਮਾ ਹੁਣਾਂ ਕੋਲ ਹੀ ਆਈ ਹੋਈ ਆ, ਤੇ ਇੱਥੇ ਮੈਂ ਰਵਾਂਗੀ। ਤੇ ਮੈਂ ਛੋਟੇ ਮੋਟੇ ਜੇ ਮੇਰਾ ਟਾਈਮ ਲੱਗਾ ਮੈਂ ਵਲੋਗ ਤੁਹਾਡੇ ਨਾਲ ਸ਼ੇਅਰ ਕਰਦੀ ਰਹਾਂਗੀ, ਪਰ ਵੀਡੀਓ ਅਜੇ 2-3 ਦਿਨ ਸਾਡੇ ਕੋਲੋਂ ਨਹੀਂ ਪੈਣੀ। ਸੋ ਤੁਸੀਂ ਸਾਰੇ ਪਲੀਜ਼ ਸਾਡੀ ਸਿਚੁਏਸ਼ਨ ਸਮਝਿਓ, ਤੇ ਬਸ ਜਦੋਂ ਵੀ ਆਪਾਂ ਵੀਡੀਓ ਸ਼ੂਟ ਕਰਾਂਗੇ ਜਾਂ ਸਾਡੇ ਵਲੋਗ ਨੂੰ ਇੱਦਾਂ ਪਿਆਰ ਦਿਓ, ਕਿਉਂਕਿ ਮੈਂ ਆਪਣਾ ਕੰਮ ਨਹੀਂ ਛੱਡਣਾ ਚਾਹੁੰਦੀ। ਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਂ ਨਾਲ ਨਾਲ ਆਪਣਾ ਇਹ ਕੰਮ ਵੀ ਕਰੀ ਜਾਵਾਂ, ਮੈਂ ਤੁਹਾਡੇ ਸਾਰਿਆਂ ਨਾਲ ਜੁੜੀ ਰਹਾਂ। ਤੇ ਨਾਲੇ ਪਲੀਜ਼ ਸਾਰੇ ਜਣੇ ਪ੍ਰੇਅਰ ਕਰਿਓ ਕਿ ਮੇਰੇ ਮੰਮਾ ਵੀ ਜਲਦੀ ਠੀਕ ਹੋ ਜਾਣ। ਤੇ ਬਾਕੀ ਜੀ, ਤੁਸੀਂ ਸਾਰੇ ਪੁੱਛਦੇ ਹੋ ਕਿ ਤੁਸੀਂ ਕਮਲਵੀਰ ਜੀ ਹੁਣਾਂ ਨਾਲ ਵੀਡੀਓ ਪਾਓ, ਤੁਸੀਂ ਕਮਲਵੀਰ ਜੀ ਹੁਣਾਂ ਨਾਲ ਵੀਡੀਓ ਕਿਉਂ ਨਹੀਂ ਪਾਉਂਦੇ? ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਆ ਕਿ ਉਹਨਾਂ ਕੋਲ ਆਪਣੀ ਟੀਮ ਹੈਗੀ ਆ, ਇਸ ਕਰਕੇ ਉਹ ਵੀਡੀਓ ਵਿੱਚ ਨਹੀਂ ਲੈਂਦੇ ਹੈਗੇ। ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਪਹਿਲਾਂ ਵੀਡੀਓ, ਕਿ ਜਦੋਂ ਮੈਂ ਵੀਡੀਓ ਜਦੋਂ ਹਰਸਿਮਰਤ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਆਪਾਂ ਤੁਹਾਡੇ ਨਾਲ ਵੀਡੀਓ ਬਣਾਉਣਾ ਚਾਹੁੰਦੇ ਹਾਂ, ਤੇ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਆਪਣੀ ਮਿਹਨਤ ਕਰੋ, ਸਾਡੇ ਕੋਲ ਅਜੇ ਸਾਡੇ ਟੀਮ ਮੈਂਬਰ ਹੈਗੇ ਆ, ਨਾਲੇ ਤੁਸੀਂ ਸਾਡੇ ਕੋਲੋਂ ਦੂਰ ਹੋ ਇਸ ਕਰਕੇ ਤੁਹਾਡੇ ਕੋਲ ਨਹੀਂ ਆਇਆ ਜਾਣਾ, ਸਾਡੇ ਨਾਲ ਵੀਡੀਓ ਨਹੀਂ ਬਣਨੀ। ਤੇ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਕੋਈ ਗੱਲ ਨਹੀਂ, ਮਤਲਬ ਕਿ ਮੈਂ ਤੁਹਾਡੇ ਨਾਲ ਵੀਡੀਓ ਬਣਾਉਣਾ ਚਾਹੁੰਦੀ ਹਾਂ, ਤੇ ਇਸ ਕਰਕੇ ਕਿ ਮੇਰਾ ਥੋੜ੍ਹਾ ਅੱਗੇ ਫੇਸ ਬਣਿਆ ਸੀ ਹਰਸਿਮਰਤ ਕਰਕੇ, ਤਾਂ ਮੈਂ ਚਾਹੁੰਦੀ ਸੀ ਚਲੋ ਮੈਂ ਉਹਨਾਂ ਨਾਲ ਵੀਡੀਓ ਕਰਾਂ, ਤੇ ਤਾਂ ਕਿ ਮੇਰੇ ਲੋਕ ਹੋਰ ਥੋੜ੍ਹਾ ਜਿਹਾ ਪਹਿਚਾਨਣ। ਜੇ ਲੋਕ ਮੈਨੂੰ ਪਹਿਚਾਨਣਗੇ ਫਿਰ ਹੀ ਮੈਨੂੰ ਮੇਰੇ ਕੰਮ ਨੂੰ ਉਹ ਸਮਝਣਗੇ ਕਿ ਹਾਂ ਇਹਦਾ ਕੰਮ ਵਧੀਆ, ਫਿਰ ਤੁਸੀਂ ਮੈਨੂੰ ਮੇਰੇ ਚੈਨਲ 'ਤੇ ਦੇਖੋਗੇ। ਬਸ ਹੋਰ ਮੇਰੀ ਕੋਈ ਇੰਪੋਰਟੈਂਸ ਨਹੀਂ ਸੀਗੀ ਕਿ ਮੈਂ ਇੱਕ ਉਹਨਾਂ ਨਾਲ ਵੀਡੀਓ ਬਣਾ ਕੇ ਮੈਂ ਆਪਣਾ ਚੈਨਲ ਇੰਪਰੂਵ ਕਰਨਾ, ਮੈਨੂੰ ਬਸ ਇਹ ਸੀ ਕਿ ਮੇਰਾ ਇੱਕ ਵਾਰੀ ਫੇਸ ਬਣ ਜੇ ਤਾਂ ਕਿ ਮੈਂ ਆਪਣੇ ਚੈਨਲ 'ਤੇ ਵੀ ਮਿਹਨਤ ਕਰਕੇ ਅਤੇ ਆਪਣੀ ਵੀਡੀਓ ਪਾ ਸਕਾਂ। ਅਤੇ ਬਾਕੀ ਤੁਸੀਂ ਸਾਰੇ ਇੱਦਾਂ ਦੇ ਕਮੈਂਟ ਕਰਦੇ ਆ ਕਿ ਆਪਾਂ ਉਹਨਾਂ ਨੂੰ ਛੱਡਤਾ ਆ ਜਾਂ ਉਹਨਾਂ ਨੇ ਸਾਨੂੰ ਛੱਡਤਾ, ਇੱਦਾਂ ਦੀ ਕੋਈ ਗੱਲ ਨਹੀਂ ਆ, ਬਸ ਸਾਰੇ ਜਣੇ ਆਪੋ ਆਪਣਾ ਕੰਮ ਕਰ ਰਹੇ ਆ, ਉਹ ਆਪਣੀ ਟੀਮ ਨਾਲ ਕੰਮ ਕਰ ਰਿਹਾ, ਮੈਂ ਆਪਣੀ ਟੀਮ ਨਾਲ ਕੰਮ ਕਰ ਰਹੀ ਹਾਂ, ਅਤੇ ਸਾਡੇ ਜਿਹੜੇ ਡੇਰਾ ਬਾਬਾ ਨਾਨਕ ਦੇ ਕੋਲ ਆਪਾਂ ਰਹਿੰਦੇ ਹਾਂ, ਇੱਧਰ ਜ਼ਿਆਦਾ ਕੋਈ ਇਹ ਕੰਮ ਨੂੰ ਪਸੰਦ ਨਹੀਂ ਕਰਦਾ ਹੈਗਾ, ਅਤੇ ਇਸ ਕਰਕੇ ਆਪਾਂ ਫਿਰ ਉਹਨਾਂ ਨਾਲ ਵੀਡੀਓ ਬਣਾਉਂਦੇ ਹਾਂ ਕਿ ਜਿਹੜੀ ਵੀ ਸਾਨੂੰ ਟੀਮ ਮਿਲ ਜਾਣ। ਹੁਣ ਆਪਾਂ ਰਘਬੀਰ ਭਾਅ ਜੀ ਨੂੰ ਕਿਹਾ ਸੀਗਾ, ਬਲਜੀਤ ਦੀਦੀ ਨੂੰ, ਕਿ ਤੁਸੀਂ ਸਾਡੇ ਨਾਲ 1-2 ਵੀਡੀਓ ਕਰ ਲਓ ਤਾਂ ਕਿ ਆਪਾਂ ਥੋੜ੍ਹਾ ਜਿਹਾ ਮੈਂ ਉਹਨਾਂ ਨਾਲ ਵੀਡੀਓ ਬਣਾ ਲਾਂ, ਨਾਲੇ ਮੈਂ ਇਹੋ ਚਾਹੁੰਦੀ ਹਾਂ ਕਿ ਹਾਂ ਮੈਂ ਅੱਗੇ ਉਹਨਾਂ ਨਾਲ ਵੀ ਕੰਮ ਕਰਾਂ, ਗਾੜੀ ਤੋਂ ਗਾੜੀ ਜਾ ਕੇ ਮੇਰੀ ਥੋੜ੍ਹੀ ਬਹੁਤੀ ਲੋਕ ਜਿਹੜੇ ਮੈਨੂੰ ਜਾਣਨ, ਕਿਉਂਕਿ ਸਾਡੇ ਚੈਨਲ ਉੱਤੇ ਅਜੇ ਮੈਨੂੰ ਲੋਕ ਇੰਨਾ ਪਹਿਚਾਣਦੇ ਨਹੀਂ ਆ, ਪਰ ਜਿੰਨੇ ਵੀ ਆ ਮੈਨੂੰ ਬਹੁਤ ਪਿਆਰ ਕਰਦੇ ਆ, ਜਿੰਨੇ ਮੈਨੂੰ ਇੱਕ ਵਾਰੀ ਪਸੰਦ ਕਰਦੇ ਆ ਮੈਨੂੰ ਬਾਅਦ ਵਿੱਚ ਬਹੁਤ ਪਿਆਰ ਕਰਦੇ ਆ। ਅਤੇ ਮੈਂ ਬਸ ਇਹੋ ਚਾਹੁੰਦੀ ਹਾਂ ਕਿ ਮੈਂ ਆਪਣੀ ਮਿਹਨਤ ਕਰਾਂ, ਆਪਣੇ ਵਧੀਆ ਕੰਮ ਕਰਾਂ ਜੋ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ, ਅਤੇ ਆਪਣਾ ਮੈਂ ਇੰਪਰੂਵਮੈਂਟ ਕਰਾਂ। ਅਤੇ ਬਾਕੀ ਇਹੋ ਸੀਗਾ ਅੱਜ ਦਾ ਤੇ ਟੋਪਿਕ, ਅਤੇ ਬਸ ਮੈਂ ਤੁਹਾਨੂੰ ਇਹੋ ਦੱਸਣਾ ਸੀਗਾ ਕਿ ਕਮਲਵੀਰ ਜੀ ਹੁਣ ਸਾਡੀ ਇੱਦਾਂ ਦੀ ਕੋਈ ਗੱਲ ਨਹੀਂ ਆ, ਨਾ ਆਪਾਂ ਉਹਨਾਂ ਨਾਲ ਲੜੇ ਆ ਨਾ ਉਹ ਸਾਡੇ ਨਾਲ ਲੜੇ ਆ, ਬਸ ਗੱਲ ਸਿਰਫ ਇੰਨੀ ਕਿ ਆ ਕਿ ਥੋੜ੍ਹੀ ਜਿਹੀ ਮਿਸਅੰਡਰਸਟੈਂਡਿੰਗ ਹੋ ਗਈ ਆ ਸਾਡੇ ਵਿੱਚ ਇੱਕ ਵੀਡੀਓ ਨੂੰ ਲੈ ਕੇ, ਤੁਸੀਂ ਵੇਖੀ ਹੋਣੀ ਆ ਪਿਛਲੀ ਵੀਡੀਓ, ਅਤੇ ਉਹਦੇ ਵਿੱਚ ਆਪਾਂ ਕੋਈ ਕੋਸ਼ਿਸ਼ ਨਹੀਂ ਸੀ ਕੀਤੀ ਇੱਦਾਂ ਦੀ ਕਿ ਸਾਨੂੰ ਕੋਈ ਮਤਲਬ ਹੈ ਨਾ ਕਿ ਆਪਾਂ ਕੋਈ ਕੋਸ਼ਿਸ਼ ਨਹੀਂ ਸੀ ਕੀਤੀ ਇੱਦਾਂ ਦੀ ਕਿ ਲੋਕ ਉਹਨਾਂ ਨੂੰ ਗਲਤ ਸਮਝਣ ਜਾਂ ਜਿੱਦਾਂ ਵੀ ਆ, ਉਹ ਤੁਹਾਡਾ ਲੋਕਾਂ ਦਾ ਨਜ਼ਰੀਆ ਸੀ, ਨਾ ਮੈਂ ਕੁਛ ਇੱਦਾਂ ਦਾ ਕਿਹਾ ਸੀਗਾ ਵੀਡੀਓ ਵਿੱਚ, ਜੋ ਮੈਨੂੰ ਸ਼ੂਟ ਕਰਨ ਲਈ ਲੱਭਾ ਉੱਥੇ ਮੈਂ ਉਹ ਸ਼ੂਟ ਕਰ ਲਿਆ, ਕਿਉਂਕਿ ਉਹਨਾਂ ਦਾ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਮੇਰੇ ਨਾਲ ਸ਼ੂਟਿੰਗ ਕਰਨ, ਉਹ ਮੇਰੀ ਹੈਗੀ ਆ ਕਿ ਮੈਂ ਆਪਣੇ ਵਲੋਗ ਵਾਸਤੇ ਉਹਨਾਂ ਦੀ ਸ਼ੂਟਿੰਗ ਕਰਦੀ ਹਾਂ। ਅਤੇ ਬਾਕੀ ਜੀ ਮੈਂ ਕਦੀ ਇੱਦਾਂ ਨਹੀਂ ਹੀ ਸੋਚਿਆ ਕਿ ਮੇਰੀ ਇਹ ਸ਼ੂਟਿੰਗ ਜਿਹੜੀ ਆ ਇੱਥੋਂ ਤੱਕ ਗੱਲ ਪਹੁੰਚੂਗੀ ਕਿ ਸਾਡੇ ਵਿੱਚ ਇੰਨੀ ਵੱਡੀ ਮਿਸਅੰਡਰਸਟੈਂਡਿੰਗ ਹੋ ਜੂਗੀ, ਨਹੀਂ ਤਾਂ ਮੈਂ ਕਦੀ ਉਹ ਵੀਡੀਓ ਅਪਲੋਡ ਕਰਨੀ ਹੀ ਨਹੀਂ ਸੀ। ਬਾਕੀ ਜੀ ਥੈਂਕ ਯੂ, ਤੁਸੀਂ ਇੰਨਾ ਵੀਡੀਓ ਨੂੰ ਪਿਆਰ ਕਰਦੇ ਹੋ, ਅਤੇ ਬਾਕੀ ਜੀ ਬਸ ਛੋਟੇ ਛੋਟੇ ਵਲੋਗ ਮੈਂ ਤੁਹਾਡੇ ਨਾਲ ਰੋਜ਼ ਸਾਂਝੇ ਕਰਦੀ ਰਹਾਂਗੀ, ਇੱਦਾਂ ਹੀ ਪਿਆਰ ਦਿੰਦੇ ਰਹੋ। ਥੈਂਕ ਯੂ ਜੀ ਸਾਰਿਆਂ ਦਾ।